ਮੈਂ ਸੁਖਜਿੰਦਰ ਕੌਰ, ਪਿੰਡ ਮਲਿਆਦੇ ਹਾਂ, ਜ਼ਿਲ੍ਹਾ ਹੁਸ਼ਿਆਰਪੁਰ ਦੀ ਸਰਪੰਚ ਬਣੀ। ਅਸੀਂ ਆਪਣੇ ਪਿੰਡ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਮੈਨੂੰ ਸਰਪੰਚ ਬਣਨ ਦਾ ਮੌਕਾ ਦਿੱਤਾ। ਮੈਂ ਲਖਵੀਰ ਸਿੰਘ, ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ। ਮੈਂ ਆਪਣੇ ਨਗਰ ਨਿਵਾਸੀ NRE ਭਰਾਵਾਂ ਦਾ, ਆਪਣੇ ਨਗਰ ਨਿਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਪਹਿਲੀ ਵਾਰ ਮੇਰੀ ਪਤਨੀ ਸੁਖਜਿੰਦਰ ਕੌਰ ਨੂੰ ਸਰਪੰਚ ਬਣਨ ਦਾ ਮਾਣ ਬਖਸ਼ਿਆ ਹੈ। ਮੈਂ ਲੀਡਰ ਸਾਹਿਬਾਨ ਅਤੇ ਆਪਣੇ ਪਤਵੰਤੇ ਸੱਜਣਾਂ ਦਾ ਬਹੁਤ ਧੰਨਵਾਦੀ ਹਾਂ। ਪੰਚੀ ਦੌਰਾਨ ਇਹ ਮੇਨ ਮੁੱਦਾ ਲੈ ਕੇ ਤੁਰਿਆ ਸੀ ਕਿ ਮੈਂ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਕਰਾਂਗਾ, ਸੋ ਮੈਂ ਕਿਸੇ ਵੀ ਪਾਰਟੀਬਾਜ਼ੀ ਦੇ ਵਿੱਚ ਰਹਿ ਕੇ ਕੰਮ ਨਹੀਂ ਕਰਾਂਗਾ, ਮੈਂ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਕਰਾਂਗਾ। ਹਾਂਜੀ, ਮੈਂ ਸਾਡਾ ਪਿੰਡ ਕੁਛ ਸੜਕ ਤੋਂ ਕੁਛ 4 ਕਿਲੋਮੀਟਰ ਮੇਨ ਤੋਂ ਸਾਈਡ 'ਤੇ ਪੈਂਦਾ ਹੈ। ਸਾਡੇ ਕੰਮ ਪਿੰਡ ਦੇ ਬਹੁਤ ਅਧੂਰੇ ਪਏ ਨੇ, ਗਲੀਆਂ ਨਾਲੀਆਂ ਦਾ ਕੰਮ। ਸ਼ਮਸ਼ਾਨ ਸਾਡੇ ਦੋ ਪਿੰਡ ਨੇ, ਭੈਣੀ ਮਿਰਜ਼ਾ ਖਾਂ ਅਤੇ ਮੇਵਾ ਮੈਣੀ। ਸਾਡੇ ਦੋਨਾਂ ਪਿੰਡਾਂ ਦੇ ਸ਼ਮਸ਼ਾਨ ਘਾਟ ਦਾ ਕੰਮ ਹੋਣ ਵਾਲਾ ਹੈ, ਆਂਗਨਵਾੜੀ ਸਕੂਲ ਦਾ ਕੰਮ ਹੋਣ ਵਾਲਾ ਹੈ, ਅਤੇ ਜੋ ਦੋਨਾਂ ਪਿੰਡਾਂ ਦੇ ਵਿੱਚ ਵੀ ਪਾਣੀ ਦਾ ਨਿਕਾਸ ਨਹੀਂ, ਨਾ ਕਿ ਛੱਪੜੀ ਹੈ ਕੋਈ। ਸੋ ਮੈਂ ਸਰਕਾਰ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਪਿੰਡ ਨੂੰ ਵੱਧ ਤੋਂ ਵੱਧ ਗ੍ਰਾਂਟ ਦਿੱਤੀ ਜਾਵੇ ਅਤੇ ਪਿੰਡ ਦਾ ਵਿਕਾਸ ਕੀਤਾ ਜਾਵੇ। ਨੌਜਵਾਨ ਬੱਚਿਆਂ, ਨੌਜਵਾਨਾਂ ਨੂੰ ਇਹ ਗੁਜ਼ਾਰਿਸ਼ ਕਰਦਾ ਹਾਂ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦਿੱਤਾ ਜਾਵੇ, ਅਤੇ ਮੈਂ ਸਰਕਾਰ ਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਅਤੇ ਇਹਨਾਂ ਨੂੰ ਸਫਲ ਬਣਾਇਆ ਜਾਵੇ। ਸੋ ਮੈਂ ਸਰਕਾਰ ਦਾ ਬਹੁਤ ਧੰਨਵਾਦੀ ਹੋਵਾਂਗਾ। 15 ਅਗਸਤ 'ਤੇ ਸਾਰੇ ਨਗਰ, ਸਾਰੇ ਦੇਸ਼ ਨੂੰ ਵਧਾਈ ਦਿੰਦਾ ਹਾਂ। ਸੋ ਮੈਂ ਅਰਦਾਸ ਕਰਦਾ ਹਾਂ ਕਿ ਸਾਡਾ ਦੇਸ਼ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਅਤੇ ਨਸ਼ਿਆਂ ਤੋਂ ਦੂਰ ਰਹੇ। ਆਪਣੇ ਸਾਰੇ ਪਰਿਵਾਰ ਵੱਲੋਂ ਜਿਹੜੇ ਬਾਹਰ ਬੈਠੇ NRI ਵੀਰ ਨੇ, ਉਹਨਾਂ ਨੂੰ ਵੀ 15 ਅਗਸਤ ਦੀ ਵਧਾਈ ਦਿੰਦਾ ਹਾਂ।